ਸਤਿ ਸ਼੍ਰੀ ਅਕਾਲ ਜੀ। ਬੱਬੂ ਮਾਨ ਦੇ ਬਾਰੇ, ਖੰਟ ਵਾਲੇ ਮਾਨ ਦੇ ਬਾਰੇ ਵੀਡੀਓ ਲੈ ਕੇ ਆਇਆ ਕਿ 2013 ਦੇ ਵਿੱਚ ਜਿਹੜੀ ਪਹਿਲੀ ਫਸਟ ਐਲਬਮ ਉਹਨਾਂ ਦੀ ਪਹੁੰਚੀ ਸੀ ਤਲਾਸ਼ ਬਿਲਬੋਰਡ ਦੇ ਉੱਤੇ, ਬਿਲਬੋਰਡ ਚਾਰਟ ਦੇ ਉੱਤੇ, ਬੜੇ ਮਾਣ ਵਾਲੀ ਗੱਲ ਸੀ। ਕਿਸੇ ਪਹਿਲੇ ਪੰਜਾਬੀ ਆਰਟਿਸਟ ਦੀ ਕੈਸਟ 2013 ਦੇ ਵਿੱਚ ਫੁੱਲ ਐਲਬਮ ਜਿਹੜੀ ਪਹੁੰਚ ਗਈ ਸੀਗੀ ਬਿਲਬੋਰਡ 'ਤੇ, ਕਿਉਂਕਿ ਕੁਝ ਲੋਕ ਇਸ ਗੱਲ 'ਤੇ ਯਕੀਨ ਨਹੀਂ ਕਰਦੇ, ਕਈਆਂ ਨੂੰ ਲੱਗਦਾ ਸ਼ਾਇਦ ਇਹ ਝੂਠ ਹੋਊਗਾ। ਅਤੇ ਮੈਂ ਥੱਲੇ ਸਬੂਤ ਦੇ ਤੌਰ 'ਤੇ ਸਕਰੀਨਸ਼ੋਟ ਲਾ ਰਿਹਾ ਹਾਂ, ਅਤੇ ਤੁਸੀਂ ਆਪ ਹੀ ਦੇਖ ਲਓ। ਇਹਦੇ ਉੱਤੇ ਲਿਖਿਆ ਆ 4 ਜੁਲਾਈ 2013 ਤਲਾਸ਼ ਬੱਬੂ ਮਾਨ ਦੀ ਐਲਬਮ, ਅਤੇ ਜਿਹੜੀ ਕਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਈਟਿਊਨ ਦੇ ਉੱਪਰ ਯਾਨੀ ਕਿ ਅੱਬਲ ਰਹੀ ਆ, ਅਤੇ 200 ਨੰਬਰ ਵਿੱਚ ਚਾਰਟ 'ਤੇ ਪਹੁੰਚੀ ਆ ਬਿਲਬੋਰਡ 'ਤੇ। ਅਤੇ ਇਹ ਬੱਬੂ ਮਾਨ ਦੀ ਤਲਾਸ਼ ਕੈਸਟ ਸੀ ਜਿਹੜੀ ਪਹਿਲੀ ਪੰਜਾਬੀ ਜਿਹੜੀ ਕਿ ਬਿਲਬੋਰਡ ਦੇ ਉੱਤੇ, ਪੂਰੀ ਕੈਸਟ ਦੇ ਗੀਤ ਹੀ ਛਾਏ ਸੀਗੇ। ਇਹ ਬਹੁਤ ਵੱਡੀ ਗੱਲ ਸੀ, ਉਹਨਾਂ ਦਿਨਾਂ 'ਚ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਸੀ ਬਿਲਬੋਰਡ ਵੀ ਕੀ ਚੀਜ਼ ਆ। ਅਗਰ ਜੇ ਪਤਾ ਹੁੰਦਾ 13 ਦੇ ਵਿੱਚ, ਤਾਂ ਇਸ ਚੀਜ਼ ਨੂੰ ਬਹੁਤ ਵੱਡੀ ਉਪਲਬਧੀ ਮੰਨਿਆ ਜਾਣਾ ਸੀ। ਕੁਛ ਬੱਬੂ ਮਾਨ ਦਾ ਸੁਭਾਅ ਇੱਦਾਂ ਦਾ ਆ, ਉਹਨੇ ਇਸ ਚੀਜ਼ ਨੂੰ ਬਹੁਤਾ ਛਾਲ ਕੇ ਨਹੀਂ ਦਿਖਾਇਆ ਵੀ ਮੈਂ ਬਿਲਬੋਰਡ 'ਤੇ ਆ ਜਾ ਆ, ਕਿਉਂਕਿ ਬੱਬੂ ਮਾਨ ਅਖਾੜਿਆਂ ਤੱਕ, ਸਟੇਜਾਂ ਤੱਕ ਲੋਕਾਂ ਦਾ ਲੋਕ ਗਾਇਕ ਆ, ਵੀ ਲੋਕਾਂ ਦੇ ਵਿੱਚ ਜਿਹੜਾ ਗਾ ਲੈਣਾ ਠੀਕ ਆ, ਤੁਹਾਨੂੰ ਪਤਾ ਹੀ ਆ। ਉਹ ਬੰਦਾ ਤਾਂ ਬਹੁਤੇ ਅਵਾਰਡ ਲੈਣ ਵੀ ਨਹੀਂ ਜਾਂਦਾ ਆ, ਬਹੁਤੀ ਪਰਵਾਹ ਨਹੀਂ ਕਰਦਾ ਵੀ ਮੈਨੂੰ, ਪਰ ਇਹ ਬਹੁਤ ਵੱਡੀ ਗੱਲ ਸੀਗੀ, ਇੱਕ ਬਹੁਤ ਵੱਡੀ ਵੀ ਬਿਲਬੋਰਡ 'ਤੇ 2013 'ਚ ਹੀ ਪੰਜਾਬੀ ਐਲਬਮ ਦਾ ਪਹੁੰਚ ਜਾਣਾ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਉਹਨਾਂ ਦਿਨਾਂ 'ਚ। ਹਾਲੇ ਸਾਲ ਦੋ ਸਾਲ ਹੀ ਤਾਂ ਫੇਸਬੁੱਕ ਆਈ ਨੂੰ ਹੋਏ ਸੀ, ਬਹੁਤਾ ਸੋਸ਼ਲ ਮੀਡੀਆ ਵੀ ਨਹੀਂ ਜਾਂ ਯੂਟਿਊਬ ਵੀ ਨਵੀਂ ਸੀਗੀ, ਬਹੁਤਾ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ। ਪਰ ਫਿਰ ਵੀ ਜੀ, ਬੱਬੂ ਮਾਨ ਤਾਂ ਉਹਨਾਂ ਦਿਨਾਂ ਦੇ ਵਿੱਚ ਪਹੁੰਚ ਗਿਆ ਸੀ, ਕਿਉਂਕਿ ਇਹ ਪੰਜਾਬ ਲਈ ਵੀ ਬਹੁਤ ਵੱਡੀ ਗੱਲ ਸੀ, ਪੰਜਾਬੀਆਂ ਲਈ ਵੀ ਬਹੁਤ ਵੱਡੀ ਗੱਲ ਸੀ ਕਿ ਪੰਜਾਬੀਆਂ ਦਾ ਕੋਈ ਪਹਿਲਾ ਆਰਟਿਸਟ ਜਿਹੜਾ ਬਿਲਬੋਰਡ 'ਤੇ ਪਹੁੰਚਿਆ ਸੀਗਾ। ਉਸ ਤੋਂ ਬਾਅਦ ਤਾਂ ਚਲੋ ਫਿਰ, ਕਿਉਂਕਿ ਜਦੋਂ ਇੱਕ ਵਾਰੀ ਕਹਿੰਦੇ ਹੁੰਦੇ ਆ ਨਾ ਪਿਰਤ ਪਾ ਦਿਓ, ਸ਼ੁਰੂਆਤ ਕਰ ਦਿਓ, ਫਿਰ ਤਾਂ ਬਾਕੀ ਕਲਾਕਾਰ ਵੀ ਪਹੁੰਚਣ ਲੱਗ ਪਏ ਸੀ। ਸੋ ਇੰਨੀ ਕੁ ਜਾਣਕਾਰੀ ਸੀ, ਜੇ ਵਧੀਆ ਲੱਗੀ ਤਾਂ ਅੱਗੇ ਪਹੁੰਚਾਇਓ।